ਇੰਨੇ ਆਪਾਂ ਚੱਲ ਦਿਆਂਗੇ ਲੱਕੀ ਵੀਰੇ ਕੋਲ, ਕੋਸ਼ਿਸ਼ ਕਰ ਦਿਆਂਗੇ ਜੇ ਉੱਥੇ ਕਰੈਂਕ ਗ੍ਰੈਂਡ ਹੋ ਰਹੀ ਹੋਈ ਤਾਂ ਉਹਦੀ ਵੀਡੀਓ ਮੈਂ ਕੈਚ ਕਰਨ ਦੀ ਕੋਸ਼ਿਸ਼ ਕਰਦਾ ਥੋੜ੍ਹੀ ਬਹੁਤੀ। ਉੱਥੇ ਚੱਲਦੇ ਚਲੋ ਜੀ, ਇਹਦਾ ਚੱਲ ਪਿਆ ਗ੍ਰੈਂਡ ਹੋਣ ਲੱਗ ਚੁੱਕੀ ਹੈਗੀ ਵੀਰੇ। ਆਹ ਆਵਾਜ਼ ਜੀ ਪ੍ਰੈਸ਼ਰ ਪਲੇਟ ਆਪਣੇ ਫਿੱਟ ਕਰ ਦਿੱਤੀ ਫਲਾਈ ਵੀਲ ਤੇ, ਫਲਾਈ ਵੀਲ ਦੀ ਇਸ ਹਿਸਾਬ ਨਾਲ ਸੈਟਿੰਗ ਕੀਤੀ ਹੋਈ ਹੈ। ਫਲਾਈ ਵੀਲ ਆਪਾਂ ਨੇ ਕੋਸ਼ਿਸ਼ ਆਪਾਂ ਕਰਦੇ ਹੁੰਦੇ ਹੈਗੇ ਹਨਾ। ਹਾਂਜੀ ਦੋਸਤੋ, ਜ਼ਿੰਦਗੀ ਦੀਆਂ ਖੇਡਾਂ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਫੋਰਡ 3600 ਦਾ ਇੰਜਨ ਫਿੱਟ ਹੋਣ ਲੱਗਿਆ, ਕਿ ਨਵਾਂ ਮਕੈਨੀਕਲ ਕੰਮ ਚੱਲ ਰਿਹਾ ਉਹ ਦਿਖਾਉਂਦੇ ਹਾਂ। ਇੱਕ ਉਹਦਾ ਪ੍ਰੈਸ਼ਰ ਪਲੇਟ ਆਈ ਹੋਈ ਹੈ ਕਿ ਨਵੀਂ, ਪੇਟੀ ਬੰਦ ਉਹ ਖੁਲਵਾਉਣੇ ਹੈਗੇ, ਅਤੇ ਇੱਕ ਕੋਸ਼ਿਸ਼ ਕਰਦੇ ਹਾਂ ਫੋਰਡ 6800 ਦੀ ਕਰੈਂਕ ਗ੍ਰੈਂਡ ਹੋ ਰਹੀ ਹੈਗੀ ਉਹ 'ਤੇ ਵੀ ਨਿਗਾ ਮਰਵਾ ਦਈਏ, ਅਤੇ ਨਾਲ ਬਣੇ ਰਹੋ। ਜਿਨ੍ਹਾਂ ਨੇ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਬਈ ਚੈਨਲ ਸਬਸਕ੍ਰਾਈਬ ਕਰ ਦਿਓ। ਹੈਗਾ ਜੀ ਫੋਰਡ 3600 ਲਈ ਆਈ ਹੈ ਪ੍ਰੈਸ਼ਰ ਪਲੇਟ, ਅਤੇ ਇਹਨੂੰ ਬਾਬਲੂ ਜੀ ਖੋਲ ਲੈਣ ਲੱਗੇ ਨੇ। ਦੇਖਦੇ ਵਿੱਚੋਂ ਕੀ ਨਿਕਲਦਾ ਹੈਗਾ ਪੇਟੀ ਬੰਦ। ਪ੍ਰੈਸ਼ਰ ਪਲੇਟ ਆ ਬਾਈ, ਇਹ ਨਵੀਂ ਫਾਰਮ ਟਰੈਕ ਦੀ ਆ ਚੁੱਕੀ ਹੈ ਫੋਰਡ 3600 ਵਾਸਤੇ। ਇੱਧਰ ਫੋਰਡ 3600 ਦੇ ਤੇਲ ਬ੍ਰੇਕਾਂ ਲੱਗ ਚੁੱਕੀਆਂ ਨੇਗੀਆਂ, ਪਿਛਲੇ ਐਕਸਲ ਬ੍ਰੇਕਾਂ ਦਾ ਸਾਰਾ ਕੰਮ ਹੋ ਚੁੱਕਿਆ, ਅਤੇ ਆਹ ਸਾਰਾ ਨਵੇਂ ਪੈ ਚੁੱਕੇ ਨੇ, ਸੀਲਾਂ ਸੂਲਾਂ ਨਵੀਆਂ ਪੈ ਚੁੱਕੀਆਂ ਨੇ, ਨਵਾਂ ਸਮਾਨ ਲੱਗ ਚੁੱਕਿਆ ਤਾਂ ਜਿਹੜਾ ਲੱਗਣਾ ਸੀਗਾ ਡਿੱਬਾ ਦੇ ਅੰਦਰਲਾ। ਅਤੇ ਇਹਦੇ ਪਿਸਟਨ ਪਏ ਨੇਗੇ ਫੋਰਡ 3600 ADI ਇੰਜਨ ਪਿਆਗਾ, ਅਤੇ ਇੰਜਨ ਇਹ ਕਾਫੀ ਟਾਈਮ ਦਾ ਪਿਆ ਸੀਗਾ, ਇਹਨੂੰ ਸਾਫ਼ ਕੀਤਾ ਗਿਆ ਮਾੜਾ ਮੋਟਾ ਦੁਬਾਰੇ, ਇਹਦੇ ਵਾਸ਼ ਵੂਸ਼ ਕਰਕੇ ਥੋੜ੍ਹੀ ਬਹੁਤੀ, ਇਹਨੂੰ ਐਂ ਲੱਗਦਾ ਸਾਨੂੰ ਥੋੜ੍ਹੀ ਥੋੜ੍ਹੀ ਵੀ ਕਚਰਾ ਜਿਹਾ ਆ ਗਿਆ ਸੀਗਾ, ਅਤੇ ਉਹ ਚੀਜ਼ਾਂ ਸਾਫ਼ ਕਰਕੇ ਦੁਬਾਰੇ ਪਿਸ਼ਨ ਪਹਿਲਾਂ ਪਾਏ ਹੋਏ ਸੀ ਇਹਦੇ ਵਿੱਚ, ਅੱਜ ਕੱਢ ਕੇ ਦੁਬਾਰੇ ਫਿਰ ਹੁਣ ਦੁਬਾਰੇ ਪਾਵਾਂਗੇ ਪਿਸ਼ਨ। ਇੰਨੇ ਆਪਾਂ ਚੱਲ ਦਿਆਂਗੇ ਲੱਕੀ ਵੀਰੇ ਕੋਲ, ਕੋਸ਼ਿਸ਼ ਕਰ ਦਿਆਂਗੇ ਜੇ ਉੱਥੇ ਕਰੈਂਕ ਗ੍ਰੈਂਡ ਹੋ ਰਹੀ ਹੋਈ ਤਾਂ ਉਹਦੀ ਵੀਡੀਓ ਮੈਂ ਕੈਚ ਕਰਨ ਦੀ ਕੋਸ਼ਿਸ਼ ਕਰਦਾ ਥੋੜ੍ਹੀ ਬਹੁਤੀ। ਉੱਥੇ ਚੱਲਦੇ ਲਓ ਜੀ, ਫੋਰਡ 6600 ਕੋਲ ਪਹੁੰਚ ਚੁੱਕੇ ਹੈਗੇ, ਅਤੇ ਫੋਰਡ 6600 ਦੇ ਇੰਜਨ ਕੋਲ, ਅਤੇ ਆ ਇੰਜਨ ਅੰਦਰੋਂ ਇਹਦਾ ਪੋਲਿਸ਼ਿੰਗ ਦਾ ਅਤੇ ਸਫਾਈ ਦਾ ਕੰਮ ਚੱਲ ਰਿਹਾ। ਅੰਦਰ ਸਲੀਬਾਂ ਲੱਗ ਚੁੱਕੀਆਂ ਨੇਗੀਆਂ, ਅਤੇ ਇੱਧਰ ਇਹਦੇ ਹੈੱਡ ਦਾ ਕੰਮ ਚੱਲ ਰਹੇਗਾ, ਤਰਨੀ ਵੀਰਾ ਹੈੱਡ ਦਾ ਕੰਮ ਕਰ ਰਹੇਗਾ। ਬਾਲ ਕਿੰਨੇ ਨੰਬਰ ਪਾਏ ਨੇ ਹੁਣ ਆਪਾਂ ਨੇ? ਬਾਲ ਵਿਕਮ ਜੀ ਇਹਦੇ 15 ਨੰਬਰ ਨੇ ਜੀ। ਠੀਕ ਹੈ, 15 ਨੰਬਰ ਦੇ ਬਾਲ ਨੇ, ਪਹਿਲਾਂ ਦੱਸਦੇ ਪਏ ਹੋਏ ਸੀ। ਠੀਕ ਹੈ ਜੀ, ਅਤੇ ਇਹਦੇ ਫਿਕਸ ਰੈਮਰ ਆਉਂਦੇ ਨੇਗੇ ਕੰਪਨੀ ਵੱਲੋਂ ਬਣੇ ਬਣਾਏ, 15 ਨੰਬਰ ਹੁੰਦਾ ਇਹ, ਅਤੇ ਇਹ ਆਪਣਾ ਇਹਦੇ ਵਿੱਚ ਲੱਗ ਜਾਂਦਾ ਫਿਰ ਇਹ। ਇਹ ਇਕੱਲੇ ਹੀ ਫੋਰਡ ਟਰੈਕਟਰੀ ਇਹੋ ਜਿਹਾ ਟਰੈਕਟਰ ਹੈ ਇਹ, ਇਹਦੇ ਗੈਡਾਂ ਨਹੀਂ ਆਉਂਦੀਆਂ ਕੰਪਨੀ ਵੱਲੋਂ ਲੱਗੀਆਂ ਹੋਈਆਂ। ਠੀਕ ਹੈ ਜੀ, ਅਤੇ ਆਮ ਤਾਂ ਟਰੈਕਟਰਾਂ ਦੇ ਗੈਡਾਂ ਹੁੰਦੀਆਂ ਨੇਗੀਆਂ, ਅਤੇ ਉਹ ਬਾਹਰ ਨਿਕਲ ਜਾਂਦੀਆਂ ਨੇਗੀਆਂ ਅਤੇ ਨਵੀਂ ਠੁੱਕ ਜਾਂਦੀ ਹੈ। ਇਕੱਲਾ ਫੋਰਡ ਟਰੈਕਟਰੀ ਹੈ ਜਿਹਦੇ ਮਤਲਬ ਬਾਲ ਇਹ ਓਵਰ ਸਾਈਜ਼ ਪੈਂਦੇ ਨੇ, ਬਾਕੀ ਸਾਰੇ ਟਰੈਕਟਰਾਂ ਦੇ ਗੈਡਾਂ ਹੀ ਲੱਗ ਗਈਆਂ, ਗੈਡਾਂ ਪੂਰੇ ਦੇ ਪੂਰੇ ਲੱਗ ਜਾਂਦੇ। ਹੋਰ ਲੱਕੀ ਵੀਰੇ ਕੀ ਹਾਲ ਹੈ ਜੀ? ਠੀਕ ਠਾਕ ਹੋ? ਹਾਂਜੀ ਵਧੀਆ। ਤੇ ਆਪਣਾ ਇਹਦਾ ਚੱਲ ਪਿਆ ਕੰਮ? ਬਸ ਮੈਂ ਉਡੀਕ ਜੀ ਰਿਹਾ। ਮਾੜਾ ਜਿਹਾ ਕਰੈਂਕ ਬਾਰੇ ਦੱਸ ਦਿਓ, ਇਹਦੇ ਬਾਰੇ ਕੀ ਚੀਜ਼ ਹੈ? ਫੋਰਡ 6600 ਦੀ ਕਰੈਂਕ, ਇਹ ਆ ਦੇਖੋ ਲਾਈਨਾਂ ਦਿਖ ਰਹੀਆਂ ਨੇ ਨਾ? ਹਾਂਜੀ ਹਾਂਜੀ, ਇਸ ਤਰ੍ਹਾਂ ਹੀ ਦੇਖਣਾ ਚਾਹੀਦਾ। ਦੇਖੋ
चक्कर ग्राइंड होगी फिर सही होगी ਇਹ ਫਾਈਨ ਕਰਦਾ ਮਤਲਬ ਜਿਆਦਾ ਫਾਈਨ ਬਰੀਕ ਪਾਲਿਸ਼ ਜਿਆਦਾ ਆਉਂਦੀ ਹੈ ਇਹਦੇ ਨਾਲ ਠੀਕ ਹੈ ਚਲੋ ਜੀ ਇਹਦਾ ਚੱਲ ਪਿਆ ਗ੍ਰਾਈਂਡ ਹੋਣ ਲੱਗ ਚੁੱਕੀ ਹੈਗੀ ਵੀਰੇ ਆ ਆਵਾਜ਼ ਜੀ ਇਹ ਵੀਰੇ ਉਹੀ ਤੇਜ਼ ਚੱਕਰ ਤੇ ਕਰ ਰਹੇ ਆ ਨਾ ਆਪਾਂ ਗ੍ਰਾਈਂਡ ਅੱਛਾ ਜੀ ਧੜਕਣ ਦੀ ਆਵਾਜ਼ ਆ ਇਹ ਹੁਣ ਜਿਹੜਾ ਪਹਿਲਾਂ ਜਿਹੜੀ ਪਹਿਲਾਂ ਜਿਵੇਂ ਗ੍ਰਾਈਂਡ ਹੋਈ ਹੋਈ ਹੈ ਕਿ ਤੇਜ਼ ਚੱਕਰਾਂ ਦੀ ਹੋਈ ਹੋਈ ਹੈ ਤੇ ਆ ਤੁਸੀਂ ਫੀਲ ਕਰ ਰਹੇ ਹੋਵੋਗੇ ਮਾੜੀ ਮੋਟੀ ਜਿਹੀ ਆਵਾਜ਼ ਆ ਰਹੀ ਹੈ ਗੜਰ ਗੜਰ ਦੀ ਆ ਹੁਣ ਸਲੋ ਹੋ ਗਈ ਹੁਣ ਸਹੀ ਹੋ ਗਈ ਇਹ ये पहला तेज चक्करां दे कर रहे थे ग्राइंड हुण स्लो चक्करां दे करांगे आ स्लो चक्करां दे करांगे हाँ धड़कन की आवाज जी बंद होगी चलो पॉलिश बहुत ज्यादा हो गई इहदे नाल अच्छा जी घट चक्करां दे ग्राइंड करांगे पहले तुसीं अग भी देख रहे होंगे पानी नाल अपने नाम लिखा होया एना साइज निकलदा इहदा अपना अजे तो आप इतना इतने रफ कट ला रहे हैं जो फाइनल कट लावांगे तो जमी शीशे वांगू बन जूगी ठीक है इस तरीके क्रैंक ग्रैंड होंगी जी क्रैंक का काम होंगे इस तरीके बस फोर्ड 3600 का भी एवं होंगे थोड़ा ऐ ला लो भी पिस्टन वड्डा है क्रैंक वड्डी है तो थोड़े जिहा ध्यान नाल फोर्ड 4600 दी थोड़ी जी ज़्यादा ध्यान नाल बरीकी च करनी पऊगा इहदा काम थोड़े ज़्यादा कॉम्प्लीकेटेड होंदी है इह हाँ जी हाँ जी हार्ड होंदी है एक लेंथ होगी एक इस क्रैंक मोटी भी है सारे ट्रैक्टर नाल मोटी है अच्छा जी आम सब तो ज़्यादा यही मोटी है इस मोटी ले लैंड दी होंदी आपणी ठीक है जी इसे तरीके सारी स्टेप बाय स्टेप सारा कुछ ग्राइंड होगा जिन्हें मेन ने बिगन ने सारे क्रैंक एवं स्टेप बाय स्टेप ग्राइंड होंगे रहने चलो भाई चल रहा क्रैंक का काम हुण उम्मीद कदों तक दे दोगे भाई इंजन कल इंजन दे दोगे कल फोर्ड 4600 का इंजन पहुंचू अपने को ਮੇਰਾ ਹੈਡ ਨੂੰ ਵੀ ਲੱਗਿਆ ਹੋਇਆ ਵੀ ਕੱਲ ਨੂੰ ਵਿਹਲਾ ਹੋ ਜਾਊਗਾ ਬਾਈ ਸਾਰਾ ਪਾਲਿਸ਼ ਪੁਲਿਸ਼ ਹੋ ਕੇ ਇੰਜਨ ਹਾਂਜੀ ਹਾਂਜੀ ਓਕੇ ਹੋ ਜਾਊਗਾ ਜੀ ਕੱਲ ਨੂੰ ਕੇਮ ਪਈ ਆ ਜੀ ਆ ਇਹਦੀ ਕੇਮ ਹੈ 4600 ਦੀ ਇੰਜਨ ਬਲੌਕ ਹੈਡ ਤੇ ਕ੍ਰੈਂਕ ਸਾਰਾ ਕੁਝ ਮਿਲ ਜਾਊਗਾ ਕੱਲ ਨੂੰ
ਤੇ ਚਲੋ ਹੁਣ ਘਰੇ ਚਲੋ ਜੀ ਇਹਦਾ ਆਪਣਾ ਪ੍ਰੈਸ਼ਰ ਪਲੇਟ ਆਪਾਂ ਨੇ ਫਿੱਟ ਕਰ ਦਿੱਤੀ ਹੈ ਫਲਾਈ ਵੀਲ ਤੇ ਫਲਾਈ ਵੀਲ ਦੀ ਇਸ ਹਿਸਾਬ ਨਾਲ ਸੈਟਿੰਗ ਕੀਤੀ ਹੋਈ ਹੈ ਫਲਾਈ ਵੀਲ ਆਪਾਂ ਨੇ ਕੋਸ਼ਿਸ਼ ਆਪਾਂ ਕਰਦੇ ਹੁੰਦੇ ਹੈਗੇ ਹਨਾ ਵੀ ਆਪਾਂ ਜਿਹੜਾ ਇਹਦੇ ਉੱਤੇ ਜ਼ਿਆਦਾ ਇੰਜਨ 'ਤੇ ਜ਼ਿਆਦਾ ਲੋਡ ਨਾ ਪਵੇ ਓਵਰ ਨਾ ਹੋਵੇ ਇਸ ਕਰਕੇ ਉਹੀ ਚੀਜ਼ਾਂ ਮਾੜਾ ਮੋਟਾ ਕੁਛ ਚੀਜ਼ਾਂ ਉਹੀ ਵਰਤਣ ਦੀ ਕੋਸ਼ਿਸ਼ ਕਰਦੇ ਅਤੇ ਹੁਣ ਆਪਾਂ ਨੇ ਜਾਣਾ ਓਏ ਹੋਏ ਓਏ ਕਿਆ ਚੀਜ਼ ਲੱਗਦਾ ਓਏ ਅਤੇ ਹੁਣ ਆਪਾਂ ਜਾਣਾ ਫੋਰਡ 3600 ਇਹਦਾ ਬੰਪਰ ਲੈਣ ਮੇਰੇ ਹਿਸਾਬ ਨਾਲ ਮੇਰਾ ਲੁਧਿਆਣੇ ਦਾ ਗੇੜਾ ਲੱਗਣਾ ਹੈਗਾ ਅਤੇ ਬੰਪਰ ਆਪਾਂ ਨੇ ਕਰੋਮ ਕਰਾਇਆ ਜਿਵੇਂ ਆਹ ਰਿਮ ਕਰੋਮ ਕਰਾਏ ਨੇ ਨਾ ਬੰਪਰ ਵੀ ਕਰੋਮ ਕਰਾਇਆ ਹੈਗਾ ਅਤੇ ਬਹੁਤ ਸਾਰੇ ਪੈਸੇ ਲੱਗ ਚੁੱਕੇ ਨੇ ਬੰਪਰ ਕਰੋਮ ਕਰਾਉਣ 'ਤੇ ਆਪਾਂ ਬੰਪਰ ਚੱਕਣ ਜਾਣਾ ਹੈਗਾ ਇਸ ਦਾ ਬੰਪਰ ਚੱਕਣ ਜਾਣਾ ਹੈਗਾ ਅਤੇ ਜਲਦੀ ਜਲਦੀ ਨਿਕਲਦੇ ਹਾਂ ਅਤੇ ਮੈਂ ਨਿਕਲ ਚੱਲਿਆ ਬਾਈ ਉਰੋਂ ਧੂਰੀ ਪਹੁੰਚ ਗਿਆ ਸੰਗਰੂਰ ਤੋਂ ਮੈਂ ਧੂਰੀ ਪਹੁੰਚ ਗਿਆ ਧੂਰੀ ਮਲੇਰਕੋਟਲਾ ਮਲੇਰਕੋਟਲੇ ਤੋਂ ਬਾਈ ਲੁਧਿਆਣਾ ਲੁਧਿਆਣੇ ਪਹੁੰਚਦੇ ਜਲਦੀ ਲੇਡੀਜ਼ ਵਾਲੀ ਜਰਾਬ ਵੀ ਕੱਢ ਦਿਓ ਅਤੇ ਬਾਈ ਐਸੀ ਨਾ ਉਰੇ ਹਾਂਜੀ ਹਾਂਜੀ ਕੱਢ ਦਿਓ ਕੱਢ ਦਿਓ 100 ਕੁ ਪੀਸ ਤਾਂ ਪਾ ਦਿਓ ਅਤੇ ਇਹ ਮੈਂ ਉਰੇ ਲੁਧਿਆਣੇ ਆ ਗਿਆ ਸੀ ਬਾਈ ਹੁਣ ਬੰਪਰ ਮੈਂ ਚੱਕ ਲਿਆ ਸੀ ਉਹ ਦਿਖਾਉਣਾ ਤੁਹਾਨੂੰ ਅਤੇ ਮੈਂ ਜਿਵੇਂ ਤੁਹਾਨੂੰ ਪਤਾ ਵੀ ਆਪਾਂ ਜ਼ਰੂਰਤਮੰਦਾਂ ਦੀ ਠੰਡ 'ਚ ਮਦਦ ਕਰਦੇ ਹਾਂ ਕੱਪੜੇ ਜੁੱਤੇ ਜਰਾਬਾਂ ਹੈ ਨਾ ਟੋਪੀਆਂ ਉਹ ਬੱਚਿਆਂ ਦੀਆਂ ਜਰਾਬਾਂ ਹੋਈਆਂ ਉਹ ਚੀਜ਼ਾਂ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਮੈਂ ਉਰੇ ਹੁਣ ਵੀ ਲੁਧਿਆਣੇ ਆਏ ਹੀ ਹੋਇਆ ਉਹ ਚੀਜ਼ਾਂ ਵੀ ਮੈਂ ਲਈ ਚੱਲਾਂ ਅਤੇ ਆਹ ਤਾਂ ਬੰਪਰ 'ਤੇ ਨਿਗਾਹ ਮਾਰ ਲਓ ਮਾੜੀ ਜੀ ਇਹਦੀ ਪੋਲਿਸ਼ਿੰਗ ਹੋਊਗੀ ਜਾ ਕੇ ਹਲੇ ਹੋਰ ਇਹਦਾ ਕਰੋਮ ਬੰਪਰ ਆ ਗਿਆ ਬਾਈ ਠੀਕ ਹੈ ਅਤੇ ਬੰਪਰ ਤਾਂ ਚਲੋ ਹਲੇ ਹੈਗਾ ਹੈਗਾ ਹੁਣ ਮੈਂ ਜਿਹੜਾ ਵੰਡਣ ਵਾਲਾ ਸਮਾਨ ਸਰਦੀ ਦੇ ਵਿੱਚ ਆਹ ਲੇਡੀਜ਼ ਜਰਾਬ ਆ ਗਈ ਠੀਕ ਹੈ ਅਤੇ ਅੱਗੇ ਕੀ ਹੈ ਇਹ ਬੱਚਿਆਂ ਦੀਆਂ ਜਰਾਬਾਂ ਆ ਗਈਆਂ ਬਾਈ ਠੀਕ ਹੈ ਉਹ ਸਮਾਨ ਚੱਕ ਰਿਹਾ ਹੁਣ ਮੈਂ ਓਕੇ ਓਕੇ ਲਿਓ ਅਤੇ ਟੋਪੀਆਂ ਜਰਾਬਾਂ ਦਸਤਾਨੇ ਠੰਡ ਦੇ ਵਿੱਚ ਜਿੱਥੇ ਵੀ ਹੁਣ ਐਂ ਲਾ ਲਓ ਵੀ ਲੋੜਵੰਦ ਦਿਖਣਗੇ ਆਪਾਂ ਘਰ ਹੀ ਆਪਣੇ ਸ਼ੁਰੂ ਕਰਤਾ ਉਹ ਵੰਡਣ ਵਾਲਾ ਸਮਾਨ ਵੰਡ ਵੀ ਆਇਆ ਕਰਾਂਗੇ ਰਾਤ ਨੂੰ ਗੇੜਾ ਲੱਗਿਆ ਕਰੋ ਇੱਕ ਰੋਜ਼ ਦਾ ਅਤੇ ਬਾਕੀ ਜਿਹੜੇ ਘਰ ਆ ਕੇ ਆਉਣਗੇ ਲੋੜਵੰਦ ਸਾਰਿਆਂ ਨੂੰ ਸਭ ਕੁਝ ਫਰੀ ਕਾਫੀ ਸਮਾਨ ਆ ਗਿਆ ਬਾਈ ਹੁਣ ਤਾਂ ਜਿਵੇਂ ਛੋਟੇ ਬੱਚਿਆਂ ਦੀਆਂ ਜਰਾਬਾਂ ਆ ਗਈਆਂ ਇਹ ਤਾਂ ਬਹੁਤ ਜ਼ਿਆਦਾ ਬੱਚੇ ਆਉਂਦੇ ਨੇ ਛੋਟੇ ਹੈ ਨਾ ਟੋਪੀਆਂ ਆ ਗਈਆਂ ਛੋਟੀਆਂ ਬੱਚਿਆਂ ਦੀਆਂ ਅਤੇ ਆਹ ਦਸਤਾਨੇ ਆ ਗਏ ਇਹਦੇ ਵਿੱਚ ਵੀ ਟੋਪੀ ਨੇ ਅਤੇ ਆਹ ਦਸਤਾਨੇ ਆ ਗਏ ਛੋਟੇ ਬੱਚਿਆਂ ਦੇ ਛੋਟੇ ਛੋਟੇ ਦਸਤਾਨੇ ਚੱਲਣ ਦਿਓ ਪਹਿਣ ਦਿਓ ਗਾ ਕੁਛ ਨਾ ਕੁਛ ਤਾਂ ਲੈ ਕੇ ਜਾਵੇ ਜੇ ਕੋਈ ਆਵੇ ਹੈ ਨਾ ਟੋਪੀਆਂ ਜਰਾਬਾਂ ਹੀ ਨਹੀਂ ਹਿਲਦਾ ਬਾਕੀ ਦੇਖ ਰਹੇ ਲਓ ਜੀ ਗੱਡੀ ਆਪਣੇ ਭਰ ਲਈ ਆ ਬਾਈ ਫੁੱਲ ਅਤੇ ਰਾਹ 'ਚ ਮੈਨੂੰ ਘੇਰਨ ਕੇ ਦੇਖੋ ਪੁਲਿਸ ਵਾਲੇ ਵੀ ਕਿੱਧਰ ਲਈ ਜਾਂਦਾ ਗਾ ਇਹਨੂੰ ਛੋਟਾ ਹਾਥੀ ਬਣਾਈ ਜਾਂਦਾ ਗਾ ਗੱਡੀ ਫੁੱਲ ਕਰ ਰੱਖੀ ਆਪਣੇ ਓਕੇ ਸਾਰਾ ਸਮਾਨ ਆ ਗਿਆ ਅਤੇ ਬਾਕੀ ਇੰਨੇ ਸ਼ੁਰੂ ਕਰਦੇ ਹਾਂ ਸੇਵਾ ਵੰਡਣ ਵਾਲੀ ਅਤੇ ਜੇ ਹੋਰ ਲੋੜ ਪਈ ਹੋਰ ਲਿਆ ਹੋਰ ਚੱਕ ਕੇ ਲੈ ਜਾਵਾਂਗੇ ਫਿਰ ਬਾਅਦ 'ਚ ਦੁਬਾਰਾ ਗੇੜਾ ਲੱਗਣਾ ਹੀ ਲੱਗਣਾ ਹੈਗਾ ਘਰੇ ਪਹੁੰਚ ਗਿਆ ਬਾਈ ਵੀਡੀਓ ਦਾ ਅੰਤੂਰੀ ਕਰਦੇ ਹਾਂ ਯਾਰ ਮੈਂ ਤਾਂ ਰਾਹ 'ਚ ਹੀ ਭੁੱਲ ਗਿਆ ਵੀ ਮੈਂ ਵਲੌਗ ਵੀ ਬਣਾ ਰਿਹਾ ਸੀਗਾ ਅਤੇ ਘਰੇ ਪਹੁੰਚ ਗਿਆ ਬਾਕੀ ਸਵੇਰ ਦਾ ਸਵੇਰੇ ਤਾਰਾਂਗੇ ਸਾਰਾ ਸਮਾਨ ਸਮੂਨ ਜਾ ਨਾਲੇ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਬੰਪਰ ਦਿਖਾਵਾਂਗੇ ਫਿੱਟ ਕੀਤਾ ਹੋਇਆ ਜਾਂ ਕੁਝ ਵੀ ਗਿਆ ਨਾ ਅੱਗੇ ਜਿੱਥੇ ਤੱਕ ਕੰਮ ਹੋ ਗਿਆ ਉਹ ਅਗਲੀ ਵੀਡੀਓ 'ਚ ਦਿਖਾਵਾਂਗੇ ਅਤੇ ਇਹ ਵੀਡੀਓ ਦਾ ਅੰਤੂਰੀ ਕਰਦੇ ਬਾਈ ਦਿਲੋਂ ਧੰਨਵਾਦ ਤੁਹਾਡਾ ਸਾਰਾ ਜੀ ਵੀਰੇ ਮੈਂ ਰਾਤ ਭੁੱਲ ਗਿਆ ਸੀਗਾ ਬਾਈ ਵੀ ਆਪਾਂ ਵੀਡੀਓ ਵੀ ਬਣਾ ਰਹੇ ਸੀ ਵਲੌਗ ਵੀ ਬਣਾ ਰਹੇ ਸੀ ਅਤੇ ਇੱਕ ਐਸੀ ਸੇਵਾ ਹਰ ਸਾਲ ਕਰਦੇ ਹਾਂਗੇ ਸਾਡਾ ਗਰੁੱਪ ਬਣਾਇਆ ਹੋਇਆ ਯੂਥ ਪਾਵਰ ਗਰੁੱਪ ਸੰਗਰੂਰ ਅਤੇ ਜਿੱਥੇ ਲੋੜਵੰਦਾਂ ਨੂੰ ਹੁਣ ਸਰਦੀ ਦੇ ਵਿੱਚ ਵੀ ਵੈਸੇ ਊਂ ਵੀ ਹੈਲਪ ਕਰਦੇ ਰਹਿੰਦੇ ਹਾਂਗੇ ਸਰਦੀ ਦੇ ਵਿੱਚ ਖਾਸ ਕਰਕੇ ਅਸੀਂ ਦੁਕਾਨਾਂ ਖੋਲ੍ਹਦੇ ਹੁੰਦੇ ਹਾਂ ਵੀ ਜਿੱਥੇ ਜੁੱਤੇ ਕੱਪੜੇ ਟੋਪੀਆਂ ਜਰਾਬਾਂ ਕੰਬਲ ਗਰਮ ਕੱਪੜੇ ਹੈ ਨਾ ਬੱਚਿਆਂ ਲਈ ਬਜ਼ੁਰਗਾਂ ਲਈ ਲੇਡੀਜ਼ ਲਈ ਜਿਹੜੇ ਖਰੀਦ ਨਹੀਂ ਸਕਦੇ ਉਹੋ ਜਿਹਿਆਂ ਲਈ ਹੈ ਨਾ ਅਤੇ ਉਹਨਾਂ ਲਈ ਸਾਰਾ ਕੁਝ ਮੁਫਤ ਹੁੰਦਾ ਇੱਕ ਤਰ੍ਹਾਂ ਨਾਲ ਵੀ ਫਰੀ ਸੇਵਾ ਚੱਲਦੀ ਹੈਗੀ ਇਹ ਟੋਪੀਆਂ ਜਰਾਬਾਂ ਠੰਡ ਦੇ ਵਿੱਚ ਹੈ ਨਾ ਗਰਮੀ 'ਚ ਤਾਂ ਲੋਕਾਂ ਦਾ ਸਰ ਜਾਂਦਾ ਬਾਈ ਠੰਡ 'ਚ ਬੜਾ ਔਖਾ ਹੁੰਦਾ ਹੈਗਾ ਅਤੇ ਇਸ ਕਰਕੇ ਠੰਡ 'ਚ ਇਹ ਸੇਵਾ ਸਾਡੀ ਚੱਲਦੀ ਹੈਗੀ ਅਤੇ ਹਰ ਸਾਲ ਦੀ ਤਰ੍ਹਾਂ ਮੈਂ ਇਸ ਵਾਰ ਮੈਂ ਦੁਕਾਨ ਨਹੀਂ ਲਈ ਹੈਗੀ ਦੁਕਾਨ ਖਰੀਦਣ ਦਾ ਕਾਰਨ ਇਹੀ ਹੈਗਾ ਵੀ ਬਾਜ਼ਾਰ ਦੇ ਵਿੱਚ ਬਾਈ ਇਹੀ ਚੀਜ਼ਾਂ ਹੋਰ ਲੋਕ ਬਹੁਤ ਵੇਚਦੇ ਨੇ ਜਿਹੜਾ ਆਪਣਾ ਬਿਜ਼ਨਸ ਕਰਦੇ ਨੇ ਉਹਨਾਂ ਦੇ ਜੇ ਅਸੀਂ ਬਾਜ਼ਾਰ 'ਚ ਦੁਕਾਨ ਖੋਲ੍ਹਤੀ ਉਹਨਾਂ ਦੇ ਰੁਜ਼ਗਾਰ 'ਤੇ ਬਹੁਤ ਜ਼ਿਆਦਾ ਅਸਰ ਪੈ ਜਾਂਦਾ ਇਸ ਚੀਜ਼ ਦਾ ਹੈ ਨਾ ਜਿਨ੍ਹਾਂ ਨੇ 4 ਪੈਸੇ 100, 50 ਰੁਪਏ 200 ਰੁਪਏ ਇਕੱਠਾ ਕਰਕੇ ਨਾ ਜਿਨ੍ਹਾਂ ਨੇ ਖਰੀਦਣੀ ਵੀ ਹੁੰਦੀ ਹੈ ਉਹ ਵੀ ਸਾਡੇ ਤੋਂ ਫਰੀ 'ਚ ਲੈ ਜਾਂਦੇ ਨੇਗੇ ਅਤੇ ਜਿਹੜੇ ਉਹ ਵਿਚਾਰੇ ਵੇਚ ਕੇ ਆਪਦਾ ਘਰ ਦਾ ਗੁਜ਼ਾਰਾ ਕਰਦੇ ਨੇ ਜਿਹੜੇ ਬਿਜ਼ਨਸ ਕਰਦੇ ਨੇ ਨਾ ਉਹਨਾਂ ਦਾ ਨੁਕਸਾਨ ਹੋ ਜਾਂਦਾ ਇਸ ਕਰਕੇ ਮੈਂ ਆਪਣੇ ਘਰੇ ਹੀ ਆਪਣੇ ਘਰ ਦੇ ਬਾਹਰ ਜਿਹੜਾ ਆਪਣੇ ਹੁਣ ਨਵਾਂ ਰੂਮ ਜਿਹਾ ਬਣਾਇਆ ਸੀ ਨਾ ਡਰਾਇੰਗ ਰੂਮ ਜਿਹਾ ਉਹ ਬਾਹਰ ਵਰਕਸ਼ਾਪ ਲਈ ਬਣਾਇਆ ਸੀਗਾ ਅਤੇ ਉਹਨੂੰ ਹੀ ਆਪਾਂ ਉਹ ਬਣਾ ਦਾਂਗੇ ਸੇਵਾ ਕੇਂਦਰ ਬਣਾ ਦਾਂਗੇ ਠੰਡ ਠੰਡ ਅਤੇ ਉੱਥੇ ਵਧੀਆ ਸੇਵਾ ਚੱਲੂਗੀ ਦੇਖਦੇ ਹਾਂਗੇ ਅਤੇ ਬਾਕੀ ਸਾਰਾ ਧੰਨਵਾਦ ਦਿਲੋਂ ਤੁਹਾਡਾ ਸਾਰਿਆਂ ਦਾ ਬਾਈ ਜਿਹੜਾ ਇੰਨਾ ਸਪੋਰਟ ਕਰਦੇ ਹੋ ਇੰਨਾ ਪਿਆਰ ਦਿੰਦੇ ਹੋਗੇ ਅਤੇ ਇਸੇ ਤਰੀਕੇ ਨਾਲ ਪਿਆਰ ਬਣਾਈ ਰੱਖੋ ਬਾਈ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਦਿਲੋਂ ਧੰਨਵਾਦ।